بسم اللہ الرحمن الرحیم السلام علیکم ویورز کی حال امید ہے سارے ٹھیک ہوں گے اللہ تعالی سارے نوں اپنے گھر وچ خوش رکھے آباد رکھے آمین سُما آمین جتھے ویورز اج تھوڑی لے بہت ہی شاندار ریسپی لے کے آئے ہیں کیونکہ گرمیاں دیاں سبزیاں ایسیاں تقریبا بچے ہر کار دے بچے یہی نخرہ کردے کہ ایسی نہیں کھانیاں تے چلو دیکھتے ہیں اج اپ کس طرح ٹنڈیاں دی سبزی بنائی ہے ایں دے وچ بینگن پائے اپا بینگن دا تے آلو دا جوڑ ختم کیتا ہے بہت ہی زبردست سالن بنے گا ضرور تھوڑے بچے نوں پسند آئے گا ਚਲੋ ਦੇਖਦੇ ਆਪਾਂ ਇਹਨੂੰ ਕਿਸ ਤਰੀਕੇ ਨਾਲ ਬਣਾਇਆ ਬਿਸਮਿਲਲਾਹਿ ਰਹਿਮਨ ਰਹਿਮ ਹੀ ਇੱਥੇ ਅੱਧਾ ਕੱਪ ਮੈਂ ghee ਦਾ ਲੈ ਲਿਆ ਤੁਸੀਂ ਚਾਹੋ ਤੇ oil ਦੇ ਵਿੱਚ ਵੀ ਬਣਾ ਸਕਦੇ ਹੋ ਜਦੋਂ ਆਪਣਾ ghee ਗਰਮ ਹੋ ਜਾਵੇ ਤੇ ਇਹਦੇ ਵਿੱਚ achar ਵਾਲੇ ਮਸਾਲੇ ਮੇਰੇ ਕੋਲ ਸੀਗੇ ਮੈਂ ਉਹ ਜਿਹੜੀ ਚਟਨੀ ਬਣਾਈ ਸੀ ਨਾ ਕਰੇਲੇ ਦੀ ਉਹਦੇ ਵਿੱਚ ਬਣਾਇਆ ਸੀ ਪੰਜ ਮਸਾਲੇ ਮਿਕਸ ਕਰਕੇ ਇਹਦੇ ਵਿੱਚ ਸੀਗਾ ਕਲਵੰਜੀ ਮੇਥੇ ਸੌਂਫ ਜੀਰਾ ਤੇ ਰਾਏ ਦਾਣਾ ਇਸ ਸਾਰੀਆਂ ਚੀਜ਼ਾਂ ਥੋੜੀ ਥੋੜੀ ਮناسب ਮਾਤਰਾ ਦੇ ਵਿੱਚ ਮਿਕਸ ਕਰਕੇ ਮੈਂ ਬਣਾਇਆ ਸੀ ਥੋੜਾ ਜਿਹਾ ਬਚ ਗਿਆ ਸੀ ਮੇਰੇ ਵਾਸਤੇ ਰੱਖ ਲਿਆ ਉਹ ਪਹਿਲੇ ਮਸਾਲੇ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਥੋੜਾ ਜਿਹਾ ਬਰਾਊਨ ਹੋ ਜਾਏਗਾ ਤੇ ਫਿਰ ਇਹਦੇ ਵਿੱਚ ਆਪਾਂ ਬਾਕੀ ਦੀਆਂ ਚੀਜ਼ਾਂ ਸ਼ਾਮਿਲ ਕਰਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਚੈਨਲ ਤੇ ਨਵੇਂਾਂ ਤੇ ਚੈਨਲ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਪਿਆਜ਼ ਥੋੜਾ ਜਿਹਾ ਛੋਟੇ ਹੋ ਗਿਆ ਤਾਂ ਥੋੜਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ ਤਾਂ ਕਿ ਆਪਾਂ ਜਿਹੜੇ ਵਿੱਚ ਮਸਾਲੇ achar ਵਾਲੇ ਪਾਏ ਆ ਉਹ ਜਲ ਕੇ ਗੜਵਾਹਟ ਨਾ ਦੇਣ ਲੱਗ ਪਣ ਤੇ ਸਭ ਤੋਂ ਪਹਿਲੇ ਅੱਧਾ ਚਮਚ ਇਹਦੇ ਵਿੱਚ ਅਦਰਕ ਦਾ ਪਾਊਡਰ ਸ਼ਾਮਿਲ ਕਰ ਦਿੱਤਾ ਅੱਧਾ ਚਮਚ ਲਸਣ ਦਾ ਪਾਊਡਰ ਸ਼ਾਮਿਲ ਕਰ ਦਿੱਤਾ ਮੈਂ ਥੋੜਾ ਜਿਹਾ ਇਹਨਾਂ ਦਾ ਪੁਨਾਈ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਸ਼ਾਮਿਲ ਕਰਾਂਗੇ ਤਕਰੀਬਨ ਪੌਣਾ ਚਮਚ ਹਲਦੀ ਦਾ ਸ਼ਾਮਿਲ ਕਰ ਦਿੱਤਾ ਹਰ ਮਸਾਲੇ ਨੂੰ ਕੋਸ਼ਿਸ਼ ਕਰਿਆ ਕਰੋ ਥੋੜਾ ਕੋਲ ਟਾਈਮ ਹੋਵੇ ਤੇ ਉਹਨੂੰ ਅੱਛੇ ਤਰੀਕੇ ਦੇ ਨਾਲ ਭੁੰਨ ਲਿਆ ਕਰੋ ਫਿਰ ਦੂਸਰਾ ਮਸਾਲਾ ਪਾਇਆ ਕਰੋ ਇਹ ਸੁੱਕਾ ਧਨੀਆ ਤਕਰੀਬਨ ਪੌਣਾ ਚਮਚਾ ਮੈਂ ਸ਼ਾਮਿਲ ਕਰ ਦਿੱਤਾ ਤੇ ਇੱਕ ਚਮਚ ਜੀ ਸੂਰਖਮੇਸ਼ਾ ਸ਼ਾਮਿਲ ਕਰ ਦਿੱਤਾ ਬਾਕੀ ਇਹ ਜਿਹੜੇ ਮਸਾਲੇ ਨੇ ਇਹ ਸਾਰੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਟੇਸ ਦੇ ਮੁਤਾਬਕ ਇਹਨਾਂ ਨੂੰ ਕੰਮ ਜਾਂ ਜ਼ਿਆਦਾ ਕਰ ਸਕਦੇ ਹੋ ਥੋੜਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ ਤਾਂ ਕਿ ਮਸਾਲੇ ਆਪਣੇ ਜਲਣ ਨਹੀਂ ਇੱਕ ਚਮਚ ਨਮਕ ਦਾ ਸ਼ਾਮਿਲ ਕਰ ਦਿਆਂਗੇ ਤੇ ਅੱਛੀ ਜਿਹੀ ਬੁਨਾਈ ਕਰਾਂਗੇ ਇਹਨਾਂ ਮਸਾਲਿਆਂ ਦੀ ਥੋੜਾ ਥੋੜਾ ਪਾਣੀ ਦਾ ਛਿੱਟਾ ਲਾ ਕੇ ਤੇ ਤਿੰਨ ਮ ਥੋੜੀ ਦੇਰ ਢੱਕਣ ਲਾ ਦੇਾਂਗੇ ਤਾਂ ਕਿ ਜਿਹੜਾ ਟਮਾਟਰਾਂ ਦਾ ਪਾਣੀ ਵੀ ਖੁਸ਼ਕ ਹੋ ਜਾਵੇ ਤੇ ਟਮਾਟਰ ਥੋੜੇ ਜਿਹਾ ਸੌਫਟ ਹੋ ਜਾਣ ਮਸਾਲਾ ਆਪਣਾ ਅੱਛਾ ਜਿਹਾ ਬਣ ਜਾਵੇ ਤੇ ਮਸਾਲਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬੈਂਗਨ ਸ਼ਾਮਿਲ ਕਰਾਂਗੇ ਬੈਂਗਨ ਤੁਸੀਂ ਚਾਹੋ ਤੇ ਇਹਨਾਂ ਨੂੰ ਟੋਟਲੀ ਛਿਲਕੇ ਸ਼ਾਮਿਲ ਕਰ ਲਓ ਮੈਂ ਕੁਝ ਬੈਂਗਨ ਛਿੱਲੇ ਸੀ ਤੇ ਕੁਝ ਮੈਂ ਉਸ ਤਰ੍ਹਾਂ ਹੀ ਪਾ ਦਿੱਤੇ ਤੇ ਬਿਲਕੁਲ ਬਾਰੀਕ ਤੁਸੀਂ ਇਹਨਾਂ ਨੂੰ ਕੱਟਣਾ ਵਾ ਜਿਸ ਤਰ੍ਹਾਂ ਆਪਾਂ ਆਲੂ ਅੰਡੇ ਦੀ ਸਬਜ਼ੀ ਬਣਾਈ ਦੀਆ ਬਿਲਕੁਲ ਬਾਰੀਕ ਆਲੂ ਕੱਟੀ ਦੇ ਉਸ ਤਰੀਕੇ ਨਾਲ ਤੁਸੀਂ ਬੈਂਗਨਾਂ ਨੂੰ ਬਿਲਕੁਲ ਬਾਰੀਕ ਕੱਟਣਾ ਵਾ ਤੇ ਇਹਨਾਂ ਨੂੰ ਭੁੰਨ ਵੇਂਗਣ ਜਦੋਂ ਤੁਸੀਂ ਕੱਟੋ ਇਹਨਾਂ ਨੂੰ ਤੁਸੀਂ ਇਹਦੀ احتیاط ਕਰਨੀ ਹੈ ਕਿ ਜਦੋਂ ਬਿੰਗਨਾਂ ਨੂੰ ਕੱਟੋ ਇਹਨਾਂ ਨੂੰ ਪਾਣੀ ਦੇ ਵਿੱਚ ਕੱਟੋ ਇਹਨਾਂ ਨੂੰ ਕਿਉਂਕਿ ਜੇ ਇਹਨਾਂ ਨੂੰ ਤੁਸੀਂ ਵੈਸੀ ਬਾਸਕਟ ਵਗੈਰਾ ਵਿੱਚ ਕੱਟੋਗੇ ਤੇ ਕੱਟਦੇ ਕੱਟਦੇ ਬਿੰਗਨ ਜਿਹੜੇ ਉਹ ਤੁਹਾਡੇ ਕਾਲੇ ਹੋ ਜਾਣਗੇ ਤੇ ਟਿੰਡੇ ਸ਼ਾਮਿਲ ਕਰ ਦਿੱਤੇ ਆ तकरीबन 3 ਪਾਉ ਬਿੰਗਨ ਸੀਗੇ ਤੇ ਟਿੰਡੇ ਜਿਹੜੇ तकरीबन 1/2 ਕਿਲੋ ਸੀਗੇ ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਹੈ ਬਿੰਗਨ ਤੇ ਟਿੰਡੇ ਆਪਣੇ ਤਿਆਰ ਹੋ ਗਏ ਤੇ 3-4 ਸਬਜ਼ ਮਿਰਚਾਂ ਸ਼ਾਮਿਲ ਕਰ ਦਿਆਂਗੇ ਬਹੁਤ ਹੀ ਮਜ਼ੇਦਾਰ ਟਿੰਡੇ ਬਿੰਗਨ ਦਾ ਸਾਲਨ ਆਪਣਾ ਤਿਆਰ ਹੋ ਗਿਆ ਤੇ ਐਂਡ ਦੇ ਦੇ ਵਿੱਚ ਸਿਕਰਟ ਇਨਗਰੀਡੀਅੰਟ ਆਪਾਂ ਸ਼ਾਮਿਲ ਕਰਾਂਗੇ ਜਿਹੜਾ ਇਹਦੇ ਟੇਸਟ ਨੂੰ ਬਹੁਤ ਹੀ ਜ਼ਿਆਦਾ ਵਧਾ ਦੇਗਾ ਇਹਦੇ ਵਿੱਚ ਆਪਾਂ ਪਾਇਆ ਆਚਾਰ ਗੋਸ਼ਤ ਮਸਾਲਾ ਜਿਹਦੇ ਨਾਲ ਟਿੰਡੇ ਆਪਣੇ ਬਹੁਤ ਹੀ ਜ਼ਬਰਦਸਤ ਬਣੇ ਥੋੜੀ ਦੇਰ ਵਾਸਤੇ ਦਮ ਲਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਡਿਸ਼ ਆਊਟ ਬੇਗਨ ਟਿੰਡੇ ਦੀ ਫਾਈਨਲ ਲੁੱਕ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਜ਼ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਜੇ ਤਾਂ ਕਿੰਨ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਹਾਂ ਕਿਸੇ ਨੈ